मानयोग सीएम साहब ते मानयोग डीजी साहब की हिदायतों मुताबिक जिहड़ा आपां गैंगस्टर दे अगेंस्ट कार्रवाई आरंभी गई है उहदे विच अज एक मोहाली पुलिस नूं वड्डी कामयाबी मिली है। इहदे विच असी एक परमजीत सिंह नूं अरेस्ट करन विच कामयाब होए हां। इह जिहड़ा अपना लड़का हैगा परमजीत सिंह उर्फ पम्मा जिहड़ा हैगा इहनूं अरेस्ट करन च आपां कामयाब होए हां। इह परमजीत सिंह पम्मा इहदे उपर पुराने 18 केस दर्ज हैगे ने। ਇਹ ਦਿਲਪ੍ਰੀਤ ਬਾਬਾ ਗੈਂਗ ਨੂੰ ਦੇ ਨਾਲ ਇਹਦਾ ਐਸੋਸੀਏਸ਼ਨ ਹੈਗਾ ਅਤੇ ਇਹਦੇ ਕੋਲੋਂ ਸਾਨੂੰ 5 ਪਿਸਤੌਲਾਂ ਅਤੇ ਕੁਝ ਗੋਲੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਨੇ। ਅਤੇ ਹੁਣ ਤੱਕ ਦੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਅਸਲਾ ਇਕੱਠਾ ਕਰ ਰਹੇ ਸੀਗੇ ਆਪਣੇ ਇੱਕ ਕਾਊਂਟਰ ਗਰੁੱਪ ਦੇ ਗੈਂਗ ਮੈਂਬਰ ਦੇ ਉੱਪਰ ਅਟੈਕ ਕਰਨ ਦੇ ਲਈ, ਅਤੇ ਉਹ ਵੀ ਆਈਡੈਂਟੀਫਾਈ ਹੁਣ ਤੱਕ ਸਾਡੇ ਹੋ ਚੁੱਕਾ ਹੈਗਾ। ਅਤੇ ਸਾਡੇ ਵੱਲੋਂ ਹੁਣ ਇਹਨਾਂ ਦੀ ਅੱਜ ਕਿਉਂਕਿ ਸਵੇਰੇ ਨੂੰ ਅਰੈਸਟ ਕੀਤਾ ਗਿਆ ਹੈ ਅਤੇ ਇਹਨੂੰ ਰਿਮਾਂਡ ਦੇ ਉੱਪਰ ਲੈ ਕੇ ਆਪਾਂ ਹੋਰ ਤਫਤੀਸ਼ ਕੀਤੀ ਜਾਵੇਗੀ ਵੀ ਇਹਨਾਂ ਕੋਲ ਵੈਪਨ ਕਿੱਥੋਂ ਆਏ ਨੇ ਅਤੇ ਹੋਰ ਕਿਹੜੇ ਕਿਹੜੇ ਇਹਨਾਂ ਦੇ ਐਸੋਸੀਏਟ ਜਿਹੜੇ ਹੈਗੇ ਨੇ ਮੋਹਾਲੀ ਅਤੇ ਲਾਗੇ ਤਾਗੇ ਦੇ ਏਰੀਆ ਦੇ ਵਿੱਚ ਇਹਨਾਂ ਦੇ ਕਿਹੜੇ ਕਿਹੜੇ ਐਸੋਸੀਏਟਸ ਹੈਗੇ ਨੇ। ਇਹ ਇਸ ਟਾਈਮ ਦੇ ਉੱਪਰ ਜਿਹੜਾ ਹੈਗਾ ਆਪਣੇ ਖਰੜ ਦੇ ਏਰੀਆ ਦੇ ਵਿੱਚ ਰਹਿ ਰਿਹਾ ਸੀਗਾ। ਇਹਦੇ ਉੱਪਰ ਜਿਹੜੇ ਹੈਗੇ ਨੇ ਕੇਸਿਸ 2011 ਤੋਂ ਕੇਸ ਸ਼ੁਰੂ ਹੋ ਜਾਂਦੇ ਹੈਗੇ ਨੇ ਅਤੇ ਇਹਦੇ ਉੱਪਰ ਚੋਰੀ ਦੇ ਪਹਿਲੇ ਕੇਸਿਸ ਹੈਗੇ ਨੇ, ਚੋਰੀ ਦੀ ਪ੍ਰੋਪਰਟੀ ਰਿਸੀਵ ਕਰਨ ਦੇ ਕੇਸਿਸ ਨੇ ਅਤੇ ਕਰਦੇ ਕਰਾਂਦੇ ਇਹਦੇ ਉੱਪਰ ਆਪਣੇ ਗਿਰੋਹ ਬਣਾ ਕੇ 399-402 ਦੇ ਪਰਚੇ ਵੀ ਹੈ। ਉਸ ਤੋਂ ਬਾਅਦ ਇਹਦੇ ਉੱਪਰ ਆਖਰੀ ਜਿਹੜੇ ਪਰਚੇ ਹੈਗੇ ਨੇ ਉਹ NDPS ਐਕਟ ਦੇ ਪਰਚੇ ਹੈਗੇ ਨੇ। ਟੋਟਲ ਮਿਲਾ ਕੇ 18 ਇਹਦੇ ਅਗੇਂਸਟ FIR ਦਰਜ ਹੈਗੀਆਂ ਨੇ। ਹਾਂਜੀ, ਇਹ ਆਪਾਂ ਹਜੇ ਇਹਨਾਂ ਦੀ ਹੋਰ ਵੀ ਕਾਫੀ ਸਾਰੀ ਠਹਿਰਾਂ ਤੇ ਇੱਦਾਂ ਸਾਡੇ ਸਾਹਮਣੇ ਆ ਰਹੀਆਂ ਹੈਗੀਆਂ ਨੇ, ਉਹ ਸਾਰੀ ਆਪਾਂ ਇਨਵੈਸਟੀਗੇਟ ਹਜੇ ਆਪਾਂ ਕਰਾਂਗੇ। ਇਹ ਆਪਣਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਦਿਲਪ੍ਰੀਤ ਜਿਹੜਾ ਬਾਬਾ ਹੈਗਾ ਉਹਦੇ ਨਾਲ ਐਸੋਸੀਏਟਡ ਹੈਗਾ ਅਤੇ ਨਾਲ ਜੱਸੀ ਜਿਹੜਾ ਲੜਕਾ ਹੈਗਾ ਉਹਦੇ ਨਾਲ ਐਸੋਸੀਏਟਡ ਹੈਗੇ ਨੇ ਅਤੇ ਇਹ ਉਹਨਾਂ ਦੇ ਕਾਊਂਟਰ ਗੈਂਗ ਜਿਹੜਾ ਹੈਗਾ ਉਹਦੇ ਉਹਨਾਂ ਦੇ ਉੱਪਰ ਇਹ ਟਾਰਗੇਟ ਕਰਨ ਦੇ ਲਈ ਸਪੈਸੀਫਿਕ ਇਹਨਾਂ ਦਾ ਟਾਰਗੇਟ ਸੀਗਾ ਜਿਹਦੇ ਲਈ ਵੈਪਨ ਇਕੱਠਾ ਕਰ ਰਹੇ ਸਨ। ਇਹਦੇ ਵਿੱਚ ਦੇਖ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੈਂਗਸ ਦਾ ਆਪਸ ਦੇ ਵਿੱਚ ਇਹ ਤਾਂ ਇਹਨਾਂ ਥੋੜ੍ਹਾ ਬਹੁਤ ਡਿਸਪਿਊਟ ਇਹਦਾ ਆਪਸ ਰਹਿੰਦਾ ਹੀ ਹੈਗਾ ਅਤੇ ਇਸ ਕਰਕੇ ਆਪਾਂ ਇਹਦੇ ਉੱਪਰ ਹਜੇ ਵਰਕਆਊਟ ਕਰ ਰਹੇ ਹਾਂ ਕਿਉਂਕਿ ਅੱਜ ਇਹਨੂੰ ਸਵੇਰੇ ਅਰੈਸਟ ਕੀਤਾ ਹੈਗਾ ਜੋ ਸਾਡੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ 'ਚ ਆਇਆ ਉਹ ਮੈਂ ਆਪ ਜੀ ਦੇ ਸਾਹਮਣੇ ਸਾਰਾ ਰੱਖਿਆ ਹੈ। ਇਹਦੇ ਵਿੱਚ ਆਪਣੇ ਇੱਕ ਹੋਰ ਸਟੇਟ ਦੇ ਬਾਹਰੋਂ ਇੱਕ ਸਟੇਟ ਦੇ ਵਿੱਚੋਂ ਵੈਪਨ ਲੈ ਕੇ ਆਉਂਦੇ ਨੇ, ਅਸੀਂ ਵਰਕਆਊਟ ਕਰ ਰਹੇ ਹੈਗੇ ਇਸ ਚੀਜ਼ ਦੇ ਉੱਪਰ ਵੀ ਕਿੱਥੋਂ ਕਿੱਥੋਂ ਵੈਪਨ ਆਉਂਦੇ ਰਹੇ ਹੈਗੇ ਨੇ, ਕਿਹੜੇ ਕਿਹੜੇ ਕਿਸ ਕਿਸ ਥਾਂ ਦੇ ਮਾਰਕੀਟ ਦੇ ਵੈਪਨ ਹੈਗੇ ਨੇ। ਮੈਂ ਜਿਵੇਂ ਆਪ ਜੀ ਨੂੰ ਇਹ ਗੱਲ ਦੱਸੀ ਹੈਗੀ ਵੀ ਇਹਨਾਂ ਦਾ ਟਾਰਗੇਟ ਸੀਗਾ ਕਿਸੇ ਹੋਰ ਗੈਂਗ ਨੂੰ ਵੀ ਟਾਰਗੇਟ ਕਰਨ ਦਾ, ਕੁਛ ਮੈਂਬਰਸ ਉੱਪਰ ਇਹਨਾਂ ਦਾ ਸੀਗਾ ਟਾਰਗੇਟ ਅਤੇ ਉਹ ਆਈਡੈਂਟੀਫਾਈ ਵੀ ਹੋਇਆ ਹੈਗਾ ਅਤੇ ਆਪਾਂ ਉਹਦੇ ਲਈ ਔਰ ਪ੍ਰੀਕੋਸ਼ਨਰੀ ਸਟੈਪਸ ਵੀ ਲੈ ਰਹੇ ਹਾਂ। ਬਟ ਮੈਂ ਕਲੈਰੀਫਾਈ ਕਰਨਾ ਚਾਹਾਂਗਾ ਵੀ ਇਹਦੇ 'ਚ ਆਪਾਂ ਕੋਈ ਵੀ ਕੰਕਲੂਜਨ ਦੇ ਉੱਪਰ ਜੰਪ ਨਾ ਕਰੀਏ ਹਜੇ ਇਸ ਟਾਈਮ ਦੇ ਉੱਪਰ। ਵੈਪਨ ਆਊਟ ਆਫ ਸਟੇਟ ਦੇ ਵੈਪਨ ਹੈਗੇ ਨੇ, ਇਹ ਆਪਣੇ ਹੈਗੇ ਦੇਸੀ ਵੈਪਨ ਨੇ, ਦੇਸੀ ਵੈਪਨ ਹੈਗੇ ਨੇ ਬਣੇ ਹੋਏ, ਮਤਲਬ ਇਹ ਕੋਈ ਬਾਹਰੋਂ ਨਹੀਂ ਕੋਈ ਵੈਪਨ ਆਇਆ ਹੋਇਆ। ਇਹਨਾਂ ਕੋਲ ਗੱਡੀ ਮਿਲੀ, ਇੱਕ ਹੋਂਡਾ ਕਾਰ ਮਿਲੀ ਹੈਗੀ ਜੋ ਕਿ ਇਹਦੀ ਵਾਈਫ ਦੇ ਨਾਮ ਦੇ ਉੱਪਰ ਹੈਗੀ, ਸੈਕਿੰਡ ਹੈਂਡ ਗੱਡੀ ਹੈਗੀ, ਉਹ ਇਹਨੇ ਸੈਕਿੰਡ ਹੈਂਡ ਖਰੀਦੀ ਹੈਗੀ ਆ, ਉਹਦਾ ਵੈਸੇ ਰਿਕਾਰਡ ਅਸੀਂ ਵੈਰੀਫਾਈ ਕਰ ਰਹੇ ਹਾਂ। ਨਹੀਂ, ਵੈਪਨ ਦੀ ਗੱਲ ਕਰ ਰਹੇ, ਗੱਡੀ ਦੀ ਗੱਲ ਕਰ ਰਹੇ, ਨਹੀਂ ਵੈਪਨ ਇਹਨਾਂ ਦੇ ਆਪਣੇ ਨੇ ਖਰੀਦੇ ਹੈਗੇ ਨੇ। ਇਹਦਾ ਦਿਲਪ੍ਰੀਤ ਬਾਬੇ ਦੇ ਨਾਲ ਜੇਲ੍ਹ ਦੇ ਵਿੱਚ ਕੰਟੈਕਟ ਨਹੀਂ ਸੀ, ਬਟ ਦਿਲਪ੍ਰੀਤ ਬਾਬਾ ਦਾ ਇੱਕ ਹੋਰ ਹੈਂਡਲਰ ਹੈ ਜਿਹਦੇ ਨਾਲ ਇਹ ਟੱਚ ਦੇ ਵਿੱਚ ਸੀਗਾ, ਉਹਨੂੰ ਵੀ ਅਸੀਂ ਆਈਡੈਂਟੀਫਾਈ ਕਰ ਚੁੱਕੇ ਹੈਗੇ ਅਤੇ ਸਾਨੂੰ ਤਫਤੀਸ਼ ਵਿੱਚ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਇਹਦੇ ਵਿੱਚ ਲੀਡਸ ਬਿਲਟ ਅਪ ਹੋਣਗੀਆਂ। ਇਹਦੇ ਵਿੱਚ ਆਪਾਂ ਵੇਖੀਏ ਵੀ ਜਦ ਤੋਂ ਮਾਨਯੋਗ ਸੀਐਮ ਸਾਹਿਬ ਨੇ ਉਸ ਟਾਈਮ ਦੇ ਉੱਪਰ ਇੱਕ ਮੁਹਿੰਮ ਸ਼ੁਰੂ ਕਰਾਈ ਸੀ ਸਾਰੀ ਸੁਸਾਇਟੀਜ਼ ਨੂੰ ਚੈੱਕ ਕਰਨ ਦੀ, ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਉਹਦੇ 'ਚ ਸਾਡੇ ਕੋਲ ਜਿਹੜੀਆਂ ਐਪਲੀਕੇਸ਼ਨਸ ਆ ਰਹੀਆਂ ਹੈਗੀਆਂ ਟੈਨੈਂਟ ਵੈਰੀਫਿਕੇਸ਼ਨ ਦੀਆਂ, ਆਪਣੇ ਈਵਨ ਸਰਵੈਂਟ ਵੈਰੀਫਿਕੇਸ਼ਨ ਦੀਆਂ, ਉਹਨਾਂ ਵਿੱਚ ਕਈ ਗੁਣਾ ਜ਼ਿਆਦਾ ਇਜ਼ਾਫਾ ਹੋਇਆ ਹੈਗਾ।
ਤੇ ਸਾਨੂੰ ਉਮੀਦ ਹੈਗੀ ਹੈ ਵੀ ਇਸੇ ਕਰਕੇ ਜਿਹੜਾ ਹੈਗਾ ਆਪਣੀ ਸੁਸਾਇਟੀਜ਼ ਦੇ ਵਿੱਚੋਂ ਲੋਕ ਜਿਹੜੇ ਹੈਗੇ ਨੇ ਉਹ ਵੀ ਚੇਤੰਨ ਹੋਏ ਨੇ ਅਤੇ ਉਹ ਵੀ ਸਾਨੂੰ ਇਸ ਚੀਜ਼ ਬਾਰੇ ਬਹੁਤ ਇਨਫੋਰਮੇਸ਼ਨ ਦਿੰਦੇ ਆ ਜਿਵੇਂ ਆਪਾਂ ਪਹਿਲੇ ਵੀ ਆਪ ਜੀ ਨੂੰ ਪਤਾ ਵੀ ਆਪਾਂ ਕਾਫੀ ਜ਼ਿਆਦਾ ਮੋਹਾਲੀ ਦੇ ਵਿੱਚ ਇਸ ਚੀਜ਼ ਦੇ ਉੱਪਰ ਅਸੀਂ ਫੋਕਸ ਕਰ ਰਹੇ ਹਾਂ ਵੀ ਕੋਈ ਵੀ ਉੱਪਰਾ ਬੰਦਾ ਜਿਹੜਾ ਸਾਡੇ ਏਰੀਆ ਦੇ ਵਿੱਚ ਨਾ ਰੁਕੇ ਆਪਾਂ ਇਸ ਪੈਟਰਨ ਨੂੰ ਡੈਫੀਨਟਲੀ ਸਟੱਡੀ ਕਰ ਰਹੇ ਹੈਗੇ ਹਾਂ ਵੀ ਇਹਦੇ 'ਚ ਹੁਣ ਇਹ ਆਪਣਾ ਆਪਣੀ ਜਿਹੜੀ ਪੁਰਾਣੀ ਸੁਸਾਇਟੀਜ਼ ਜਿਹੜੀਆਂ ਸੀਗੀਆਂ ਉਹਨਾਂ ਵਿੱਚੋਂ ਨਿਕਲ ਕੇ ਕਿਤੇ ਕੋਈ ਹੋਰ ਨਵੀਆਂ ਠਹਿਰਾਂ ਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਜਾਂ ਕਰ ਰਹੇ ਤਾਂ ਉਹਦੇ ਵਿੱਚ ਟ੍ਰੈਂਡ ਕੀ ਹੈਗਾ ਇਸ ਚੀਜ਼ ਨੂੰ ਅਸੀਂ ਸਟੱਡੀ ਕਰ ਰਹੇ ਹਾਂ ਇਸੀ ਕਰਕੇ ਆਪਾਂ ਕਿ ਹਜੇ ਜਿਸ ਫਿਲਮੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਮੈਂ ਇਸੇ ਕਰਕੇ ਆਪ ਜੀ ਦੇ ਸਾਹਮਣੇ ਇੰਨੀ ਗੱਲ ਹਜੇ ਰੱਖੀ ਹੈਗੀ ਆਪਾਂ ਜਦੋਂ ਇਹਨਾਂ ਦੀ ਅੱਜ ਰਿਮਾਂਡ ਲੈ ਕੇ ਆਪਾਂ ਅੱਗੇ ਇਨਵੈਸਟੀਗੇਟ ਕਰਾਂਗੇ ਤਾਂ ਮੈਨੂੰ ਬਹੁਤ ਸਾਨੂੰ ਯਕੀਨ ਹੈ ਵੀ ਸਾਨੂੰ ਹੋਰ ਵੀ ਕਾਫੀ ਲੀਡ ਮਿਲਣਗੇ ਬਿਲਕੁਲ ਬਿਲਕੁਲ ਪੂਰੀ ਸੰਭਾਵਨਾ ਹੈਗੀ ਹੈ ਔਰ ਸਾਡੇ ਵੱਲੋਂ ਕੋਸ਼ਿਸ਼ ਵੀ ਇਹ ਰਹੇਗੀ ਵੀ ਜਿਹੜਾ ਇਹ ਪੂਰਾ ਗੈਂਗ ਹੈਗਾ ਜਿਹਨੇ ਵੀ ਸਪੋਰਟਰਸ ਹੈਗੇ ਨੇ ਚਾਹੇ ਉਹ ਹਜੇ ਤੱਕ ਸਾਡੇ ਪੁਰਾਣਾ ਕ੍ਰਿਮੀਨਲ ਰਿਕਾਰਡ ਹੋਵੇ ਚਾਹੇ ਨਾ ਹੋਵੇ ਸਾਡੇ ਵੱਲੋਂ ਕੋਸ਼ਿਸ਼ ਰਹੇਗੀ ਵੀ ਆਪਾਂ ਸਾਰੇ ਬੰਦਿਆਂ ਨੂੰ ਜਿਹੜਾ ਹੈਗਾ ਉਹ ਪਕੜੀਏ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈਗੀ ਹੈ ਉੱਥੇ ਨਾ ਵਾਪਰ ਸਕੇ ਆਈ ਥਿੰਕ ਹਜੇ ਬਹੁਤ ਬਹੁਤ ਜਲਦੀ ਹੈਗਾ ਹਜੇ ਆਪਾਂ ਆਪਾਂ ਅੱਜ ਰਿਮਾਂਡ ਲੈਣੀ ਹੈਗੀ ਉਸ ਤੋਂ ਬਾਅਦ ਸਾਨੂੰ ਉਮੀਦ ਹੈ ਵੀ ਆਪਾਂ ਹੋਰ ਵੀ ਤੁਹਾਨੂੰ ਕਾਫੀ ਕੁਝ ਦੱਸਣ 'ਚ ਕਾਮਯਾਬ ਹੋ ਇਹਨਾਂ ਦੀ ਟੀਮ ਵੱਲੋਂ ਹੈਗਾ ਮੁਸਤੈਦੀ ਦੀ ਗੱਲ ਹੀ